ਹੈਲੋ ਐਵਰੀਵਨ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਸੋ ਅੱਜ ਅਸੀਂ ਬਣਾਵਾਂਗੇ ਘਿਓਰ, ਅਤੇ ਮੀਂਹ ਦੇ ਮੌਸਮ 'ਚ ਇਹਨੂੰ ਬਹੁਤ ਬਣਾਇਆ ਜਾਂਦਾ ਪੂੜਿਆਂ ਨਾਲ, ਗੁਲਗੁਲਿਆਂ ਨਾਲ। ਅਤੇ ਬਿਨਾਂ ਕਿਸੇ ਦੇਰੀ ਤੋਂ ਅਸੀਂ ਸਟਾਰਟ ਕਰਦੇ ਹਾਂ। ਸੋ ਘਿਓਰ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ, ਦੇਖੋ, ਇਸ 'ਚ ਧਿਆਨ ਰੱਖਣਾ ਪਊਗਾ। ਹਰ ਚੀਜ਼ ਇਸ ਦੇ ਵਿੱਚ ਪ੍ਰੋਪਰ ਮੇਜਰਮੈਂਟ 'ਚ ਪੈਂਦੀ ਹੈ। ਸੋ ਜਿੱਦਾਂ ਜਿੱਦਾਂ ਮੈਂ ਕਰਾਂਗੀ ਤੁਸੀਂ ਉੱਦਾਂ ਹੀ ਕਰਨਾ। ਪਹਿਲਾਂ ਅਸੀਂ 4 ਚਮਚ ਜਿਹੜੇ ਹੈਗੇ ਆ ਉਹ ਦੇਸੀ ਘੀ ਦੇ ਲੈਣੇ ਆ, ਠੀਕ ਹੈ। ਮੈਂ ਮੈਲਟ ਕਰ ਰੱਖਿਆ ਸੀਗਾ, 4 ਤੋਂ ਜ਼ਿਆਦਾ ਨਹੀਂ ਲੈਣੇ, ਡਿਪੈਂਡ ਕਰਦਾ ਕਿੰਨਾ ਬਣਾ ਰਹੇ ਹੋ। ਜਿਸ ਅਕੋਰਡਿੰਗ ਮੈਂ ਬਣਾਇਆ, ਮੈਂ 4 ਚਮਚ ਲਿੱਤੇ। ਹੁਣ ਤੁਸੀਂ ਕੀ ਕਰਨਾ, ਜਾਂ ਤਾਂ ਕੁਛ ਬਰਫ਼ ਦੀ ਡਲੀਆਂ ਲੈ ਲਿਓ, ਜਾਂ ਇੱਕ ਆਈਸ ਕਿਊਬ ਬਲੋਕ ਲੈ ਲਿਓ, ਅਤੇ ਉਹਨੂੰ ਨਾ ਘੀ ਦੇ ਉੱਪਰ ਰਗੜਨਾ ਜਦੋਂ ਤੱਕ ਇਹ ਪੂਰਾ ਵਾਈਟ ਜੇ ਕਲਰ ਦਾ ਨਾ ਹੋ ਜਾਵੇ। ਮਤਲਬ ਪੂਰਾ ਜ਼ੋਰ ਲਾ ਕੇ ਤੁਸੀਂ ਫੈਂਟਣਾ ਇਹਨੂੰ 4-5 ਮਿੰਟ ਤੱਕ। ਅਤੇ ਬਾਕੀ ਜਿਹੜਾ ਤੁਸੀਂ ਐਕਸੈਸ ਪਾਣੀ ਹੋ ਇਸ 'ਚੋਂ ਕੱਢ ਦਿਓ। ਅਤੇ ਹੁਣ ਅਸੀਂ ਇਹਨੂੰ 4-5 ਮਿੰਟ ਤੱਕ ਫੈਂਟਾਂਗੇ, ਠੀਕ ਹੈ, ਜਦੋਂ ਤੱਕ ਇਹਦਾ ਕਲਰ ਵਾਈਟ ਨਾ ਹੋ ਜਾਵੇ। ਇਸ 'ਚ ਮਿਹਨਤ ਲੱਗਦੀ ਹੈ, 4-5 ਮਿੰਟ ਦੀ ਗੱਲ ਹੈ, ਬਟ ਤੁਸੀਂ ਪੇਸ਼ੈਂਟਲੀ ਮਤਲਬ ਹਰ ਕੰਮ ਕਰਨਾ। ਅਤੇ ਇਹਨੂੰ ਫੈਂਟੀ ਜਾਣਾ ਹੈ ਇੱਕੇ ਮੋਸ਼ਨ ਦੇ ਵਿੱਚ ਕੰਟੀਨਿਊਸਲੀ। ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਚੇਂਜ ਹੋਣ ਲੱਗ ਪਿਆ, ਠੀਕ ਹੈ। ਆਹ ਦੇਖ ਲਓ, ਆਹ ਬਿਲਕੁਲ ਵਾਈਟ ਵਾਈਟ ਜਿਹਾ ਹੋ ਗਿਆ। ਬਸ ਇਸ ਸਟੇਜ ਤੱਕ ਅਸੀਂ ਇਸ ਨੂੰ ਫੈਂਟਣਾ। ਹੁਣ ਇਸ ਤੋਂ ਬਾਅਦ ਮੈਂ ਇੱਥੇ ਅਰਾਊਂਡ 220 ਗ੍ਰਾਮ ਮੈਦਾ ਲਿਆ। ਉਹ ਡਿਪੈਂਡ ਕਰਦਾ ਤੁਸੀਂ ਕਿੰਨਾ ਲੈਂਦੇ ਹੋ। ਅਗਰ ਤੁਸੀਂ ਇਸ ਤੋਂ ਡਬਲ ਬਣਾਉਣੀ ਹੈ, ਹੈ ਨਾ, ਤਾਂ ਤੁਸੀਂ ਕੁਆਂਟਿਟੀ ਹਰ ਚੀਜ਼ ਦੀ ਡਬਲ ਕਰ ਦਿਓ। ਹੁਣ ਇਹਨੂੰ ਅਸੀਂ ਇਹਦੇ ਵਿੱਚ ਮਿਕਸ ਕਰਾਂਗੇ ਚੰਗੀ ਤਰ੍ਹਾਂ। ਮਤਲਬ ਇਹਦਾ ਆਟਾ ਨਹੀਂ ਗੁੰਨਣਾ, ਕਿਉਂਕਿ ਅਸੀਂ ਬੈਟਰ ਬਣਾਉਣਾ, ਤਾਂ ਉਹਦੇ ਲਈ ਜਸਟ ਇਹਨੂੰ ਮਿਕਸ ਕਰਨਾ, ਠੀਕ ਹੈ। ਅਤੇ ਬੈਚਿਸ ਦੇ ਵਿੱਚ ਮੈਦਾ ਪਾਉਣਾ, ਇੱਕਦਮ ਸਾਰਾ ਮੈਦਾ ਨਹੀਂ ਪਾਉਣਾ। ਇੱਕ ਵਾਰ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਤਲਬ ਕਿ ਘੁਮਾਉਣਾ ਹੈ ਨਾ, ਮਿਕਸ ਕਰ ਲੈਣਾ। ਅਤੇ ਫਿਰ ਹੋਰ ਥੋੜ੍ਹਾ ਬੈਚ ਦੇ ਵਿੱਚ, ਅਗਲੇ ਬੈਚ 'ਚ ਪਾਉਣਾ, ਉਹਨੂੰ ਮਿਕਸ ਕਰ ਲੈਣਾ। ਅਤੇ ਇਸ ਤੋਂ ਬਾਅਦ ਇੱਥੇ ਮੈਂ 1 ਚਮਚ ਜੋ ਹੈ ਉਹ ਕਣਕ ਦਾ ਆਟਾ ਲਿਆ, ਅਤੇ 1 ਚਮਚ ਬੇਸਣ। ਬੇਸਣ ਆਪਸ਼ਨਲ ਹੈ, ਤੁਸੀਂ ਅਵੋਇਡ ਕਰ ਸਕਦੇ ਹੋ ਅਗਰ ਤੁਹਾਨੂੰ ਕਰੰਚੀ ਨਹੀਂ ਚਾਹੀਦਾ। ਬੇਸਣ ਤੁਹਾਡੇ ਜਿਹੜਾ ਘਿਓਰ ਤੁਸੀਂ ਬਣਾਉਂਦੇ ਹੋ ਉਹਨੂੰ ਥੋੜ੍ਹਾ ਕਰੰਚੀ ਜਿਹਾ ਬਣਾ ਦਿੰਦਾ, ਇਹ ਆਪਸ਼ਨਲ ਹੈ, ਠੀਕ ਹੈ। ਇਸ ਤੋਂ ਬਾਅਦ ਅਸੀਂ ਇਹਦੇ 'ਚ 1 ਬਾਊਲ ਮੈਂ ਇੱਥੇ ਚਿਲਡ ਮਿਲਕ ਦਾ ਲਿਆ। ਮਤਲਬ ਦੁੱਧ ਤੁਸੀਂ ਬਿਲਕੁਲ ਚਿਲਡ ਲੈਣਾ, ਠੰਡਾ ਹੋਣਾ ਚਾਹੀਦਾ। ਇਸ 'ਚ ਪਾਣੀ ਵੀ ਬਹੁਤ ਠੰਡਾ ਪੈਂਦਾ, ਦੁੱਧ ਵੀ ਠੰਡਾ, ਹਰ ਚੀਜ਼ ਠੰਡੀ। ਇਹਨੂੰ ਵੀ ਅਸੀਂ ਹੌਲੀ ਹੌਲੀ ਕਰਕੇ ਪਾਵਾਂਗੇ ਅਤੇ ਫੇਂਟ ਲਵਾਂਗੇ। ਤੁਸੀਂ ਇਹੀ ਕੰਮ ਜਿਹੜਾ ਫੇਂਟਣ ਦਾ ਹੈ ਨਾ, ਮੇਨ ਹੈ, ਠੀਕ ਹੈ। ਤਾਂ ਇਹ ਜਿਹੜਾ ਬਾਕੀ ਮੈਦਾ ਬਚਿਆ ਮੈਂ ਉਹ ਵੀ ਇਹਦੇ 'ਚ ਐਡ ਕਰਤਾ। ਇਹਨੂੰ ਚੰਗੀ ਤਰ੍ਹਾਂ ਅਸੀਂ ਫੇਂਟ ਲਵਾਂਗੇ। ਮਤਲਬ ਇਹ ਫੇਂਟਣ ਵਾਲਾ ਕੰਮ ਕਾਫੀ ਇੰਪੋਰਟੈਂਟ ਹੈ। ਇਹ ਬਸ ਤੁਸੀਂ ਮਤਲਬ ਕਿ ਲਾਈਕ ਪੂਰਾ ਐਫਰਟ ਪਾ ਕੇ ਕਰਨਾ, ਅਤੇ ਬਾਕੀ ਇਸ ਤੋਂ ਬਾਅਦ ਸਾਰਾ ਕੰਮ ਈਜ਼ੀ ਹੈ। ਤਾਂ ਤੁਸੀਂ ਦੇਖ ਰਹੇ ਹੋ ਕਿ ਮੈਨੂੰ ਕੰਟੀਨਿਊਸਲੀ ਹੱਥ ਨਾਲ, ਹੱਥ ਦੀ ਜਿਹੜੀ ਨੀਚੇ ਦਾ ਤਲਾ ਹੁੰਦਾ ਹੈ ਪਾਮ ਨਾਲ, ਉਹਦੇ ਨਾਲ ਵੀ ਇਹਨੂੰ ਚੰਗੀ ਤਰ੍ਹਾਂ ਫੇਂਟ ਰਹੀ ਹਾਂ। ਸੋ ਇੱਦਾਂ ਹੀ ਤੁਸੀਂ ਫੈਂਟਣਾ। ਹੁਣ ਤੁਸੀਂ ਬਸ ਇਹਨੂੰ ਲਗਾਤਾਰ ਫੇਂਟਣਾ ਹੈ। ਲਾਈਕ ਇਹਦੇ 'ਚ ਕੋਈ ਲੰਪ, ਕੋਈ ਡਲੀ ਨਹੀਂ ਰਹਿਣੀ ਚਾਹੀਦੀ ਹੈਗੀ, ਠੀਕ ਹੈ। ਵੈਸੇ ਜਿੰਨਾ ਮਰਜ਼ੀ ਫੈਂਟ ਲਓ, ਬਾਅਦ 'ਚ ਕੁਛ ਨਾ ਕੁਛ ਰਹਿ ਹੀ ਜਾਂਦਾ। ਸੋ ਅਸੀਂ ਉਹਦੇ ਲਈ ਇਹਨੂੰ ਛਾਣ ਲਾਂਗੇ, ਬਟ ਤੁਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਣੀ। ਦੇਖੋ, ਜਦੋਂ ਅਸੀਂ ਘਿਓਰ ਬਣਾਉਂਦੇ ਹਾਂ ਨਾ, ਘਿਓਰ 'ਚੋਂ ਮੇਨ ਚੀਜ਼ ਇਹੀ ਹੈ, ਮੇਜਰਮੈਂਟ ਦਾ ਧਿਆਨ ਰੱਖਣਾ ਪੈਂਦਾ। ਅਦਰਵਾਈਜ਼ ਬਾਕੀ ਸਾਰੀ ਚੀਜ਼ ਈਜ਼ੀ ਹੈ। ਹੁਣ ਇਹਦੇ 'ਚ ਮੈਂ 1 ਕੱਪ ਜਿਹੜਾ ਹੈ ਠੰਡਾ ਪਾਣੀ ਦਾ ਉਹ ਪਾ ਦੇਵਾਂਗੀ ਹੌਲੀ ਹੌਲੀ ਕਰਕੇ, ਅਤੇ ਅਸੀਂ ਪਾ ਕੇ ਥੋੜ੍ਹਾ ਜਿਹਾ ਹੋਰ ਫੈਂਟਣ ਲੱਗ ਜਾਵਾਂਗੇ ਇਹਨੂੰ।
ਆ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਫਲੋਈ ਕੰਸਿਸਟੈਂਸੀ ਦਾ ਹੋਣਾ ਚਾਹੀਦਾ, ਮਤਲਬ ਪਤਲਾ ਪਾਣੀ ਵਰਗਾ, ਹੈ ਨਾ। ਅਤੇ ਇਸ ਤੋਂ ਬਾਅਦ ਅਸੀਂ ਇਸ ਨੂੰ ਦੇਖ ਲਾਂਗੇ ਇੱਕ ਵਾਰ ਕਿ ਇਹਦੀ ਕੰਸਿਸਟੈਂਸੀ ਵਗੈਰਾ ਠੀਕ ਹੈ ਜਾਂ ਨਹੀਂ। ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪਤਲਾ ਹੈ ਨਾ। ਤਾਂ ਇੱਦਾਂ ਹੀ ਅਸੀਂ ਬਣਾਉਣਾ ਇਸ ਨੂੰ। ਹੁਣ ਇਸ ਤੋਂ ਬਾਅਦ ਅਸੀਂ ਕੀ ਕਰਾਂਗੇ, ਇਸ ਨੂੰ ਫਰਿੱਜ 'ਚ ਰੱਖ ਦੇਵਾਂਗੇ। ਜਦੋਂ ਤੱਕ ਫਰਾਈ ਨਹੀਂ ਕਰਨਾ, ਇਹ ਚਿਲਡ ਰਹਿਣਾ ਚਾਹੀਦਾ, ਠੀਕ ਹੈ। ਇੰਨੀ ਦੇਰ ਅਸੀਂ ਆਪਣੀ ਰਬੜੀ ਵਗੈਰਾ ਉਹ ਸਾਰਾ ਕੁਛ ਸਮਾਨ ਤਿਆਰ ਕਰ ਲਾਂਗੇ। ਹੁਣ ਪਹਿਲਾਂ ਰਬੜੀ ਬਣਾਉਣ ਤੋਂ ਪਹਿਲਾਂ ਮੈਂ ਇਹਨੂੰ ਨਾ ਛਾਣ ਲਿਆ, ਠੀਕ ਹੈ, ਛਾਣ ਕੇ, ਤਾਂ ਕਿ ਇਹਦੇ 'ਚ ਅਗਰ ਥੋੜ੍ਹੇ ਬਹੁਤਾ ਵੀ ਕੁਛ ਰਹਿ ਜਾਂਦਾ ਤਾਂ ਉਹ ਉੱਪਰ ਉੱਪਰ ਰਹਿ ਜਾਵੇ। ਤਾਂ ਤੁਸੀਂ ਦੇਖ ਸਕਦੇ ਹੋ, ਆ ਦੇਖੋ ਹੁਣ ਵੀ ਕਿੰਨਾ ਮੈਦਾ ਬਚ ਗਿਆ, ਹੈ ਨਾ। ਤਾਂ ਜਿੰਨਾ ਮਰਜ਼ੀ ਤੁਸੀਂ ਫੈਂਟ ਲਓ, ਕੁਛ ਨਾ ਕੁਛ ਬਚ ਜਾਂਦਾ। ਸੋ ਤੁਸੀਂ ਉਹਦੇ ਲਈ ਇਹਨੂੰ ਛਾਣ ਲੈਣਾ। ਹੁਣ ਇਹਨੂੰ ਅਸੀਂ ਫਰਿੱਜ 'ਚ ਰੱਖ ਦੇਵਾਂਗੇ, ਠੀਕ ਹੈ। ਜਦੋਂ ਬਣਾਵਾਂਗੇ ਫਿਰ ਦੇਖਾਂਗੇ ਕੀ ਕਰਨਾ। ਹੁਣ ਅਸੀਂ ਬਣਾਵਾਂਗੇ ਰਬੜੀ। ਰਬੜੀ ਲਈ ਅਸੀਂ ਪਹਿਲਾਂ ਮੋਟੇ ਤਲੇ ਵਾਲਾ ਭਾਂਡਾ ਲੈ ਲੈਣਾ, ਉਹਦੇ 'ਚ ਥੋੜ੍ਹਾ ਪਾਣੀ ਪਾ ਲਾਂਗੇ ਤਾਂ ਕਿ ਦੁੱਧ ਨੀਚੇ ਨਾ ਲੱਗੇ। ਹੁਣ ਮੈਂ ਇੱਥੇ ਫੁੱਲ ਕਰੀਮ ਮਿਲਕ ਜਿਹੜਾ ਹੈ ਉਹ ਯੂਜ਼ ਕੀਤਾ ਹੈ 2 ਪੈਕਟ। ਹੁਣ ਇਹਨੂੰ ਅਸੀਂ ਮੀਡੀਅਮ ਫਲੇਮ 'ਤੇ ਉਬਾਲਣਾ, ਠੀਕ ਹੈ। ਜਦੋਂ ਤੱਕ ਇਹ 1/3 ਹਿੱਸਾ ਨਾ ਇਹਦਾ ਹੋ ਜਾਵੇ, ਹੈ ਨਾ, ਉਦੋਂ ਤੱਕ ਅਸੀਂ ਇਹਨੂੰ ਉਬਾਲਦੇ ਰਹਿਣਾ। ਕਰੀਮ ਦੀ ਜਿਹੜੀ ਲੇਅਰ ਬਣੂਗੀ ਉਹ ਸਾਈਡ 'ਚ ਤੁਸੀਂ ਕਰੀ ਜਾਣੀ ਆ, ਹੈ ਨਾ। ਦੇਖੋ ਮੈਂ ਸਾਈਡ 'ਚ ਲਗਾਤੀ ਇਹਦੇ, ਬਸ ਪਿੱਛੇ ਪਿੱਛੇ ਇਹਨੂੰ ਕਰੀ ਜਾਣਾ ਹੈ, ਜਿਵੇਂ ਜਿਵੇਂ ਇਹ ਲੇਅਰਸ ਬਣਦੀ ਰਹਿਣਗੀਆਂ। ਜਦੋਂ ਤੱਕ ਉਹ ਉੱਬਲ ਰਿਹਾ ਅਸੀਂ ਜੋ ਵੀ ਨਟਸ ਵਗੈਰਾ ਪਾਣੇ ਆ ਉਹਨੂੰ ਗਰਮ ਪਾਣੀ 'ਚ ਭਿਓ ਕੇ ਰੱਖ ਦੇਣਾ। ਅਤੇ ਇੱਥੇ ਅਸੀਂ ਜਿੰਨੀ ਚੀਨੀ ਸਾਨੂੰ ਪਸੰਦ ਹੈ, ਹੈ ਨਾ, ਉਸ ਹਿਸਾਬ ਨਾਲ ਚੀਨੀ ਇਹਦੇ 'ਚ ਐਡ ਕਰ ਦੇਣੀ ਹੈ। ਅਤੇ ਸਾਈਡ 'ਚ ਜਿਹੜੀਆਂ ਮਲਾਈ ਲੱਗੀ ਹੋਈ ਸੀ ਉਹ ਵੀ ਸਾਈਡਾਂ ਉਤਾਰ ਕੇ ਇਹਨੂੰ ਮਿਕਸ ਕਰ ਦੇਣਾ ਇਹਦੇ 'ਚ ਹੀ। ਤੁਸੀਂ ਦੇਖ ਸਕਦੇ ਹੋ ਮੈਂ ਕੋਈ ਹਜੇ ਕੇਸਰ ਨਹੀਂ ਪਾਇਆ ਸੀ, ਤਾਂ ਇਹਦਾ ਰੰਗ ਜਿਹੜਾ ਆਪਣੇ ਆਪ ਹੀ ਮਤਲਬ ਨੈਚੁਰਲੀ ਚੇਂਜ ਹੋ ਗਿਆ। ਹੁਣ ਆ ਜਿਹੜੇ ਨਟਸ ਸੀ ਇਹਨਾਂ ਨੂੰ ਅਸੀਂ ਧੋ ਕੇ ਕੱਟ ਲੈਣਾ, ਠੀਕ ਹੈ, ਕਿਉਂਕਿ ਇਹ ਸੌਫਟ ਹੋ ਗਏ ਨੇ। ਹੁਣ ਜਿਹੜੀ ਰਬੜੀ ਹੈ ਉਹ ਸਾਡੀ ਤਿਆਰ ਹੋ ਚੁੱਕੀ ਹੈ, ਅਤੇ ਇਹਦੇ 'ਚ ਅਸੀਂ ਗਾਰਨਿਸ਼ਿੰਗ ਵਗੈਰਾ ਕਰ ਦਾਂਗੇ ਨਟਸ ਪਾ ਕੇ। ਅਤੇ 1-2 ਮੈਂ ਉੱਪਰ ਤੋਂ ਕੇਸਰ ਪਿਆ ਸੀ ਮੇਰੇ ਕੋਲ, ਉਹ ਵੀ ਪਾਤਾ। ਸੋ ਇਹ ਵੀਡੀਓ ਮੈਂ ਪਹਿਲਾਂ ਹੀ ਐਡਿਟ ਕਰਕੇ ਰੱਖੀ ਸੀ, ਤਾਂ ਕਰਕੇ ਥੋੜ੍ਹੀ ਮੈਂ ਵੀਡੀਓ ਫਾਸਟ ਚਲਾਈ ਹੈ। ਤੁਸੀਂ ਇਹਨੂੰ ਸਲੋ ਕਰਕੇ ਵੀ ਦੇਖ ਸਕਦੇ ਹੋ। ਸੋ ਰਬੜੀ ਬੜੀ ਛੇਤੀ ਤਿਆਰ ਹੋ ਜਾਂਦੀ ਹੈ, ਠੀਕ ਹੈ। ਉਸ ਤੋਂ ਬਾਅਦ ਅਸੀਂ ਹੁਣ ਆਪਣਾ ਘਿਓਰ ਬਣਾਵਾਂਗੇ। ਸੋ ਉਹਨੂੰ ਅਸੀਂ ਫਰਿੱਜ 'ਚ ਕੱਢ ਲਵਾਂਗੇ, ਠੀਕ ਹੈ। ਫਰਿੱਜ 'ਚ ਕੱਢਣ ਤੋਂ ਬਾਅਦ ਉਸਨੂੰ ਨਾ ਅਸੀਂ ਇੱਕ ਬਾਊਲ ਲਵਾਂਗੇ ਬਹੁਤ ਵੱਡਾ, ਉਹਦੇ 'ਚ ਬਰਫ਼ ਪਾ ਦਾਂਗੇ ਅਤੇ ਇਹਦੇ ਵਿੱਚ ਉਹਨੂੰ ਰੱਖ ਦੇਣਾ ਹੈ ਤਾਂ ਕਿ ਉਹ ਚਿਲਡ ਰਹੇ, ਠੰਡਾ ਰੱਖਣਾ ਚਾਹੀਦਾ, ਉਹੀ ਮੇਨ ਚੀਜ਼ ਹੈ ਉਹਦੇ 'ਚ, ਠੀਕ ਹੈ। ਇਹਦੇ 'ਚ ਅਸੀਂ 3-4 ਆਈਸ ਕਿਊਬਸ ਕੱਢ ਕੇ ਬੈਟਰ ਦੇ ਵਿੱਚ ਵੀ ਪਾ ਦੇਵਾਂਗੇ ਤਾਂ ਕਿ ਉਹ ਠੰਡਾ ਰਹੇ। ਹੁਣ ਅਸੀਂ ਇਹਦੇ 'ਚ ਅੱਧਾ ਨਿੰਬੂ ਨਿਚੋੜ ਲਵਾਂਗੇ। ਸੋ ਜਦੋਂ ਵੀ ਫਰਾਈ ਕਰਨਾ ਹੁੰਦਾ ਨਾ, ਨਾਲ ਦੀ ਨਾਲ ਉਸੇ ਟਾਈਮ ਹੀ ਇਹਨੂੰ ਨਿਚੋੜੋ, ਪਹਿਲਾਂ ਨਿਚੋੜ ਕੇ ਨਾ ਰੱਖੋ, ਠੀਕ ਹੈ। ਹੁਣ ਅਸੀਂ ਇੱਕ ਭਾਂਡਾ ਲੈ ਲਵਾਂਗੇ, ਉਹਦੇ 'ਚ ਤੇਲ ਗਰਮ ਕਰਾਂਗੇ। ਤੁਸੀਂ ਕਿਸੇ ਵੀ ਤਰੀਕੇ ਨਾਲ ਘਿਓਰ ਬਣਾ ਸਕਦੇ ਹੋ, ਚਾਹ ਵਾਲੇ ਪਤੀਲੇ 'ਚ, ਛੋਟਾ ਵੱਡਾ, ਕੜਾਹੀ 'ਚ, ਠੀਕ ਹੈ। ਬਸ ਕਈ ਲੋਕ ਜਿਹੜੇ ਹੈਗੇ ਆ ਉਹ ਵਿੱਚ 'ਚ ਰਿੰਗ ਰੱਖ ਕੇ ਉਹ ਵੀ ਬਣਾਉਂਦੇ ਆ, ਜਿਵੇਂ ਹਲਵਾਈ ਵਗੈਰਾ। ਤੁਹਾਡੇ ਕੋਲ ਨਹੀਂ ਹੈ, ਤੁਸੀਂ ਇੱਦਾਂ ਵੀ ਬਣਾ ਸਕਦੇ ਹੋ। ਹੁਣ ਤੁਸੀਂ ਕੀ ਕਰਨਾ, ਤੁਸੀਂ ਨਾ ਸੈਂਟਰ ਦੇ ਵਿੱਚ ਹੌਲੀ ਹੌਲੀ ਕਰਕੇ, ਤੁਸੀਂ ਦੇਖ ਰਹੇ ਹੋ 2-2 ਬੂੰਦ ਕਰਕੇ ਇਹ ਗਿਰਨਾ, ਠੀਕ ਹੈ। ਅਤੇ ਥੋੜ੍ਹਾ ਦੂਰ ਰਹੋ, ਤੇਲ ਦੇ ਛਿੱਟੇ ਵਗੈਰਾ ਵੀ ਪੈ ਸਕਦੇ ਹੈ। ਅਤੇ ਆ ਤੁਸੀਂ ਦੇਖ ਰਹੇ ਹੋ ਸਾਈਡ 'ਚ ਇਹ ਜਾ ਕੇ ਲੇਅਰ ਜੀ ਬਣਨ ਲੱਗ ਪਈ, ਹੈ ਨਾ। ਬਸ ਇਹੀ 'ਚ ਪ੍ਰੋਸੈਸ ਨੂੰ ਤੁਸੀਂ 15-20 ਵਾਰ ਰਿਪੀਟ ਕਰਨਾ, ਡਿਪੈਂਡ ਕਰਦਾ ਭਾਂਡਾ ਕਿੱਡਾ ਚੌੜਾ ਹੈ ਤੁਹਾਡਾ। ਜਿੱਡਾ ਚੌੜਾ ਹੋਊਗਾ ਉਨੀ ਜ਼ਿਆਦਾ ਵਾਰ ਤੁਹਾਨੂੰ ਇਹ ਮਤਲਬ ਕਿ ਡ੍ਰਿਪ ਬਾਈ ਡ੍ਰਿਪ ਕਰਕੇ ਗੇਰਨੀ ਪੈਣੀ। ਅਤੇ ਤੁਸੀਂ ਦੇਖ ਸਕਦੇ ਹੋ ਕਿ ਲੇਅਰ ਬਣਨੀ ਸਟਾਰਟ ਹੋ ਗਈ ਹੈ।
ਵੈਸੇ ਮੈਂ ਇਹਦੇ 'ਚ ਤੁਸੀਂ ਨਾ ਵਿੱਚ 'ਚ ਘਿਓਰ ਦੇ ਹੋਲ ਵੀ ਰੱਖ ਦਿਓ ਸੈਂਟਰ 'ਚ, ਇੱਥੇ ਮੈਨੂੰ ਰੱਖਣ ਦੀ ਲੋੜ ਨਹੀਂ ਪਈ, ਆਪਣੇ ਆਪ ਹੀ ਬਣ ਗਿਆ, ਵਰਨਾ ਕਈ ਵਾਰ ਨਾ ਨੇੜੇ ਨੇੜੇ ਆ ਜਾਂਦਾ ਤਾਂ ਤੁਹਾਨੂੰ ਹੋਲ ਬਣਾਉਣਾ ਪੈਂਦਾ ਵਿੱਚ 'ਚ ਡੰਡਾ ਜਿਹਾ ਮਾਰ ਕੇ, ਡੰਡਾ ਵੀ ਨਹੀਂ ਲਾਈਕ ਕੋਈ ਛੋਟੀ ਜਿਹੀ ਪਤਲੀ ਜਿਹੀ ਚੀਜ਼ ਉਹ ਮਾਰ ਕੇ, ਬਟ ਇਹਦੇ 'ਚ ਆਪਣੇ ਆਪ ਹੀ ਤੁਸੀਂ ਦੇਖ ਰਹੇ ਹੋ ਨਾ ਹੋਲ ਬਣ ਗਿਆ ਇਹ, ਬਸ ਉਦੋਂ ਤੱਕ ਅਸੀਂ ਭਰੀ ਜਾਣਾ ਜਦੋਂ ਤੱਕ ਇਹ ਹੋਲ ਛੋਟਾ ਨਾ ਹੋ ਜਾਵੇ। ਅਤੇ ਹੁਣ ਇਸ ਤੋਂ ਬਾਅਦ ਜਦੋਂ ਇਹ ਬਣ ਜੂਗਾ ਅਸੀਂ ਸਾਈਡ ਤੋਂ ਇਹਨੂੰ ਮਤਲਬ ਕਿ ਚਾਕੂ ਨਾਲ ਉਹ ਕਰ ਲੈਣਾ, ਉਤਾਰ ਲੈਣਾ, ਮੇਰਾ ਬਹੁਤ ਈਜ਼ੀਲੀ ਮਤਲਬ ਕਿ ਚਾਕੂ, ਮੈਨੂੰ ਜ਼ਿਆਦਾ ਮਾਰਨਾ ਨਹੀਂ ਪਿਆ, ਆਪਣੇ ਆਪ ਹੀ ਵਿੱਚ 'ਚ ਵਿੱਚੋਂ ਨਿਕਲ ਗਿਆ ਆਸਾਨੀ ਨਾਲ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇੱਥੇ ਕੀ ਪ੍ਰੋਬਲਮ ਹੋਈ, ਮੇਨ ਇਹਦੇ ਕੱਢਣ ਦੇ ਵਿੱਚ ਮੈਨੂੰ ਪ੍ਰੋਬਲਮ ਹੋਈ ਹੈ, ਮੇਰੇ ਤੋਂ ਨਿਕਲਿਆ ਨਹੀਂ। ਹੁਣ ਮੇਰੇ ਕੋਲ ਨਾ ਕੋਈ ਪਤਲੀ ਜਿਹੀ ਚੀਜ਼ ਵੀ ਨਹੀਂ ਸੀਗੀ ਕਿ ਮੈਂ ਇਹਨੂੰ ਕੱਢ ਲਵਾਂ, ਸੋ ਮੇਰਾ ਜਿਹੜਾ ਪਹਿਲਾਂ ਘਿਓਰ ਬਣਾਇਆ ਸੀਗਾ ਇਹ ਟੁੱਟ ਚੁੱਕਿਆ ਸੀਗਾ, ਬਟ ਕੋਈ ਗੱਲ ਨਹੀਂ, ਦੇਖੋ ਬੰਦਾ ਗਲਤੀਆਂ ਤੋਂ ਹੀ ਸਿੱਖਦਾ ਹੈ ਨਾ, ਅਤੇ ਇੱਕ ਦੋ ਵਾਰ ਤੁਸੀਂ ਫਸਟ ਟਾਈਮ ਕਈ ਵਾਰ ਬਣਾਓਗੇ, ਮੇਰਾ ਜਦਕਿ ਫਸਟ ਟਾਈਮ ਸੀ ਟੂ ਬੀ ਵੈਰੀ ਓਨੈਸਟ, ਠੀਕ ਹੈ। ਹੁਣ ਜਦੋਂ ਤੁਸੀਂ ਬਣਾਓਗੇ ਨਾ ਤਾਂ ਹੋ ਸਕਦਾ ਕਿ ਇਹ ਟੁੱਟ ਜਾਵੇ ਕਿਉਂਕਿ ਸੋਫਟ ਜਿਹਾ ਹੁੰਦਾ ਇਹ, ਤੁਸੀਂ ਧਿਆਨ ਨਾਲ ਕੱਢਣਾ, ਕੋਈ ਚੀਜ਼ ਲੈ ਲਿਓ, ਮੈਂ ਹਰ ਚੀਜ਼ ਟਰਾਈ ਕੀਤੀ ਬਟ ਐਟ ਦੀ ਐਂਡ ਇਹ ਫਿਰ ਵੀ ਟੁੱਟ ਗਿਆ ਸੀਗਾ, ਬਟ ਦੂਜੇ ਤੀਜਾ ਜਿਹੜਾ ਮੈਂ ਨਹੀਂ ਬਣਾਇਆ ਸੀਗਾ ਉਹ ਨਹੀਂ ਟੁੱਟਿਆ, ਠੀਕ ਹੈ। ਸੋ ਕਈ ਵਾਰ ਪਹਿਲੇ ਵਾਲਾ ਪਰਫੈਕਟ ਨਹੀਂ ਬਣਦਾ, ਸੋ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਬੈਟਰ ਭਰ ਕੇ ਬਣਾਇਆ ਹੋਇਆ ਨਾ ਬਸ ਆਪਣੇ ਆਪ ਬਣੀ ਜਾਊਂਗੇ, ਬੈਟਰ ਤੁਸੀਂ ਥੋੜ੍ਹਾ ਜ਼ਿਆਦਾ ਬਣਾ ਲਿਓ। ਮੈਂ ਤਾਂ ਬਹੁਤ ਘੱਟ ਬਣਾਇਆ ਸੀਗਾ, ਇਸ 'ਚ ਸਿਰਫ 3 ਹੀ ਘਿਓਰ ਬਣੇ ਸੀਗੇ ਮੇਰੇ ਕੋਲ, ਜਿਹਦੇ 'ਚ ਇੱਕ ਟੁੱਟ ਗਿਆ, 2 ਰਹਿ ਗਏ, ਤੁਸੀਂ ਦੇਖ ਸਕਦੇ ਹੋ ਮੈਂ ਇਹਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀਗੀ, ਸੋ ਮੇਰੇ ਤੋਂ ਨਹੀਂ ਇਹ ਨਿਕਲਿਆ ਸੀਗਾ, ਮੈਂ ਤੁਹਾਨੂੰ ਦਿਖਾ ਵੀ ਦਿੰਦੀ ਹਾਂ, ਟੁੱਟ ਚੁੱਕਿਆ ਸੀਗਾ। ਸੋ ਬਸ ਇਹੀ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਇਹਨੂੰ ਥੋੜ੍ਹੇ ਨਾ ਆਰਾਮ ਨਾਲ ਕੱਢਣਾ, ਹੋਰ ਕੋਈ ਚੱਕਰ ਨਹੀਂ। ਇਹਦੇ 'ਚ ਮੈਂ ਦਿਖਾਇਆ ਵੀ, ਦੇਖੋ ਮੈਂ ਹਰ ਚੀਜ਼ ਲੈ ਕੇ ਟਰਾਈ ਕੀਤੀ, ਉਹ ਨਹੀਂ ਨਿਕਲਿਆ ਮੇਰੇ ਕੋਲੋਂ, ਜਦਕਿ ਅੰਦਰ ਤੋਂ ਤਾਂ ਇਹ ਆਰਾਮ ਨਾਲ ਉੱਤਰ ਗਿਆ ਸੀਗਾ, ਬਸ ਬਾਹਰ ਨਹੀਂ ਨਿਕਲ ਰਿਹਾ ਸੀਗਾ, ਆਹ ਟੁੱਟ ਗਿਆ ਇੱਥੇ ਕੰਮ ਖਰਾਬ ਹੋ ਗਿਆ, ਬਟ ਚਲੋ ਇਹਨੂੰ ਮੈਂ ਬਾਹਰ ਕੱਢ ਕੇ ਰੱਖ ਲਿਆ। ਹੁਣ ਇਸ ਤੋਂ ਬਾਅਦ ਮੈਂ ਦੁਬਾਰਾ ਇਹੀ ਪ੍ਰੋਸੈਸ ਸਟਾਰਟ ਕੀਤੀ, ਹੁਣ ਤੁਸੀਂ ਦੇਖੋ ਕਿ ਕਿੱਦਾਂ ਕੱਢਣਾ ਇਹਨੂੰ ਆਰਾਮ ਨਾਲ, ਉਹੀ ਸੇਮ ਪ੍ਰੋਸੈਸ ਹੈ, ਉੱਦਾਂ ਹੀ ਤੇਲ ਗਰਮ ਹੋਣਾ ਚਾਹੀਦਾ ਅਤੇ ਹੌਲੀ ਹੌਲੀ ਕਰਕੇ ਇਹਨੂੰ ਪਾਉਣਾ। ਜਦੋਂ ਤੁਸੀਂ ਬਣਾਓਗੇ ਨਾ ਮਤਲਬ ਕਿ ਪਹਿਲਾਂ ਨਹੀਂ ਵੀ ਬਣਿਆ, ਬਸ ਇੱਕ ਦੋ ਵਾਰ ਤੁਸੀਂ ਟਰਾਈ ਕਰੋਗੇ ਤੁਹਾਡਾ ਆਪਣੇ ਆਪ ਹੱਥ ਬੈਠ ਜੂਗਾ, ਸੀਰੀਅਸਲੀ ਬਹੁਤ ਈਜ਼ੀ ਹੈ। ਜਿੰਨਾ ਇਹਨੂੰ ਹਊਆ ਬਣਾਇਆ ਹੋਇਆ ਕਿ ਔਖੇ ਬਣਦਾ ਨਹੀਂ ਬਣਦਾ ਉਹ ਇੱਦਾਂ ਨਹੀਂ ਸੀ, ਬਹੁਤ ਜ਼ਿਆਦਾ ਈਜ਼ੀ ਸੀਗਾ। ਬਸ ਜਦੋਂ ਤੁਹਾਡਾ ਬੈਟਰ ਅਗਰ ਠੀਕ ਬਣਿਆ ਨਾ ਉਸ ਤੋਂ ਬਾਅਦ ਦਾ ਕੰਮ ਸਾਰਾ ਈਜ਼ੀ ਹੈ, ਸਿਰਫ ਸਿਵਾਏ ਇਹਨੂੰ ਕੱਢਣ ਦੇ। ਬਸ ਅਗਰ ਰਿੰਗ ਹੁੰਦੀ ਹੈ ਨਾ ਤਾਂ ਰਿੰਗ ਨਾਲ ਆਸਾਨੀ ਨਾਲ ਨਿਕਲ ਜਾਂਦਾ ਹੈ, ਖੁੱਲ੍ਹੀ ਕੜਾਹੀ ਵਗੈਰਾ ਹੁੰਦੀ ਹੈ। ਹੁਣ ਤੁਸੀਂ ਦੇਖ ਸਕਦੇ ਹੋ ਕਿ ਮੈਨੂੰ ਆਰਾਮ ਨਾਲ ਬਾਹਰ ਕੱਢਿਆ, ਆਹ ਦੇਖੋ, ਬਸ ਇਹੀ ਚੀਜ਼ ਕਰਨੀ ਹੈ। ਅਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਕਲਰ ਆਇਆ ਅਤੇ ਕਿੰਨਾ ਸੋਹਣਾ ਬਣ ਕੇ ਨਿਕਲਿਆ। ਸਾਰਾ ਤੇਲ ਇਹਦੇ 'ਚੋਂ ਕੱਢ ਲੈਣਾ ਅਤੇ ਇਹਨੂੰ ਸਾਈਡ 'ਚ ਕਿਸੇ ਪਲੇਟ ਦੇ ਉੱਪਰ ਰੱਖ ਦੇਣਾ ਸਟੈਂਡ ਜਿਹਾ ਲਾ ਕੇ, ਤਾਂ ਕਿ ਜਿੰਨਾ ਹੋਰ ਐਕਸੈਸ ਓਇਲ ਆ ਉਹ ਵੀ ਇਹਦੇ ਵਿੱਚੋਂ ਨਿਕਲ ਜਾਵੇ। ਹੁਣ ਇੱਦਾਂ ਕਰਕੇ ਮੈਂ ਬਾਕੀ ਦੇ ਵੀ ਘਿਓਰ ਬਣਾ ਲਏ। ਟੂ ਬੀ ਵੈਰੀ ਓਨੈਸਟ ਇਹਦੇ 'ਚ ਸਿਰਫ 3 ਘਿਓਰ ਬਣੇ ਸੀਗੇ ਮੇਰੇ,
ਠੀਕ ਹੈ, ਇੱਕ ਤਾਂ ਟੁੱਟ ਗਿਆ, ਦੂਜਾ ਤੁਹਾਨੂੰ ਮੈਂ ਬਣਾ ਕੇ ਦਿਖਾਤਾ, ਤੀਜਾ ਵੀ ਹੁਣ ਅਸੀਂ ਇਹਦੀ ਗਾਰਨਿਸ਼ਿੰਗ ਕਰ ਲੈਂਦੇ ਹਾਂ। ਮੈਂ ਇਸ ਵੀਡੀਓ 'ਚ ਸ਼ੂਗਰ ਸਿਰਪ ਨਹੀਂ ਬਣਾ ਕੇ ਦਿਖਾਇਆ ਕਿਉਂਕਿ ਉਹ ਬਣਾਉਣਾ ਬਹੁਤ ਈਜ਼ੀ ਹੈ। ਆਹ ਤੁਸੀਂ ਦੇਖ ਸਕਦੇ ਹੋ ਚੀਨੀ ਦੀ ਚਾਸ਼ਨੀ, ਹੈ ਨਾ, ਉਹ ਨੋਰਮਲੀ ਸਭ ਨੂੰ ਆਉਂਦੀ ਹੁੰਦੀ ਹੈ। ਜਿੰਨੀ ਚੀਨੀ ਪਾਈ ਓਨਾ ਹੀ ਪਾਣੀ ਪਾ ਦੇਣਾ, ਠੀਕ ਹੈ। ਬਸ ਉਹਨੂੰ ਇੱਕ ਤਾਰ ਦਾ ਬਣਾਉਣਾ, ਇੱਕ ਤਾਰ ਵੀ ਕੀ, ਬਸ ਥੋੜ੍ਹਾ ਚਿਪ ਚਿਪ ਹੋਣ ਲੱਗ ਜਾਵੇ ਨਾ, ਉਹ ਚਾਸ਼ਨੀ ਤੁਹਾਡੀ ਬਣ ਗਈ। ਹੁਣ ਇਹਦੇ ਉੱਪਰ ਮੈਂ ਰਬੜੀ ਲਾ ਦੇਵਾਂਗੀ, ਰਬੜੀ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ। ਵੈਸੇ ਮੈਨੂੰ ਮਿੱਠਾ ਨਹੀਂ ਪਸੰਦ, ਸਾਡੇ ਘਰ 'ਚ ਜ਼ਿਆਦਾ ਮਿੱਠਾ ਨਹੀਂ ਪਸੰਦ ਕਰਦੇ, ਬਟ ਸਟਿਲ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਇਹ ਜਦੋਂ ਮੈਂ ਟੇਸਟ ਕੀਤੀ ਸੀ। ਤਾਂ ਹੁਣ ਅਸੀਂ ਇਹਦੇ ਉੱਪਰ ਗਾਰਨਿਸ਼ਿੰਗ ਵਗੈਰਾ ਕਰ ਦਾਂਗੇ, ਨਟਸ ਵਗੈਰਾ ਪਾ ਕੇ, ਜਿਹੜਾ ਵੀ ਤੁਹਾਡੇ ਕੋਲ ਪਿਸਤਾ, ਬਦਾਮ, ਕਾਜੂ, ਹੈ ਨਾ, ਪਿਆ ਉਹਨੂੰ ਕੱਟ ਕੇ ਪਾ ਦੇਵਾਂਗੇ। ਅਤੇ ਉਸ ਤੋਂ ਬਾਅਦ ਮੇਰੇ ਕੋਲ ਕੇਸਰ ਪਿਆ ਸੀਗਾ ਅਤੇ ਮੈਂ ਥੋੜ੍ਹਾ ਉਹਦੇ ਨਾਲ ਮਤਲਬ ਇਹਦੀ ਗਾਰਨਿਸ਼ਿੰਗ ਕਰਤੀ ਤਾਂ ਕਿ ਵੇਖਣ ਦੇ ਵਿੱਚ ਸੋਹਣਾ ਲੱਗੇ, ਖਾਣ 'ਚ ਵੀ ਟੇਸਟੀ ਸੀਗਾ ਇਹ, ਠੀਕ ਹੈ। ਜਦੋਂ ਹੁਣੇ ਗਰਮ ਗਰਮ ਨੂੰ ਖਾਓਗੇ ਨਾ ਤਾਂ ਥੋੜ੍ਹਾ ਕਰੰਚੀ ਲੱਗੂਗਾ, ਬਟ ਜਿੱਦਾਂ ਹੀ ਤੁਸੀਂ ਫਰਿੱਜ 'ਚ ਰੱਖਤਾ, ਪਿਆ ਰਿਹਾ, ਇੱਕ ਦਿਨ ਹੋ ਗਿਆ, ਇਹ ਬਹੁਤ ਸੌਫਟ ਹੋ ਜਾਂਦਾ, ਠੀਕ ਹੈ। ਤੋ ਆਈ ਹੋਪ ਤੁਸੀਂ ਇਹਨੂੰ ਘਰ ਦੇ ਵਿੱਚ ਬਣਾ ਕੇ ਜ਼ਰੂਰ ਟਰਾਈ ਕਰੋਗੇ ਅਤੇ ਕਮੈਂਟ ਸੈਕਸ਼ਨ 'ਚ ਦੱਸੋਗੇ ਤੁਹਾਨੂੰ ਕਿੱਦਾਂ ਲੱਗਿਆ। ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮੱਚ।